are watching Channel Y. Channel Y, a South Asian Canadian channel. ਪੰਜਾਬ ਵਿਧਾਨ ਸਭਾ 'ਚ ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਾਲੇ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਬਿਕਰਮ ਮਜੀਠੀਆ ਵੱਲੋਂ ਜਿੱਥੇ ਰੰਧਾਵਾ 'ਤੇ ਗੈਂਗਸਟਰਾਂ ਨੂੰ ਸ਼ਹਿਦ ਦੇਣ ਦੇ ਦੋਸ਼ ਲਗਾਏ ਗਏ, ਉੱਥੇ ਹੀ ਰੰਧਾਵਾ ਨੇ ਵੀ ਮਜੀਠੀਆ 'ਤੇ ਹਮਲਾ ਬੋਲਦਿਆਂ ਚਿੱਟੇ ਦਾ ਵਪਾਰੀ ਦੱਸਿਆ। ਇਸ ਦੌਰਾਨ ਅਕਾਲੀ ਦਲ ਵੱਲੋਂ ਸਦਨ 'ਚੋਂ ਵਾਕਆਊਟ ਕਰ ਦਿੱਤਾ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਮਜੀਠੀਆ ਨੇ ਆਖਿਆ ਕਿ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗੈਂਗਸਟਰਾਂ ਨੂੰ ਸ਼ਹਿਦ ਦਿੱਤੀ ਜਾ ਰਹੀ ਹੈ। ਜਿਹੜੀ ਜੱਗੂ ਭਗਵਾਨਪੁਰੀਏ ਦੀ ਇੱਕ ਸਬਸਿਡਰੀ ਗ੍ਰੈਂਗ ਹੈ, ਇਹਨਾਂ ਨੇ ਰੱਜ ਕੇ ਆਪਦਾ ਕੰਮ ਚਲਾਇਆ। ਫਰੌਦੀ ਦਾ ਅੱਜ ਜਿੰਨੇ ਨਾਮੀ ਡਾਕਟਰ ਨੇ, ਰੀਅਲ ਇਸਟੇਟ ਏਜੰਟ ਨੇ, ਬਿਜ਼ਨਸਮੈਨ ਨੇ, ਉਹ ਸ਼ਿਕਾਇਤ ਕਰਕੇ ਰਾਜੀ ਨਹੀਂ, ਪੁਲਿਸ ਕੋਲ ਜਾ ਕੇ ਰਾਜੀ ਨਹੀਂ, ਬਿਕੋਜ਼ ਦੇ ਹੈਵ ਲੋਸਟ ਫੇਥ। ਉਹ ਮਹਿਸੂਸ ਕਰਦੇ ਕਿ ਫਰੌਦੀ ਦੇ ਦਿਓ, ਜਾਨ ਬਚਾ ਲਿਓ, ਨਹੀਂ ਤਾਂ ਰੱਬ ਨੂੰ ਪਿਆਰੇ ਹੋ ਜਾਓਗੇ। ਇਹ ਹਾਲਾਤ ਜਦ ਪੰਜਾਬ ਦੇ ਬਣੇ ਕਿੱਥੋਂ? ਜਿੰਨੇ ਗੈਂਗਸਟਰ, ਰੱਬ ਚਾਹੇ ਉਹ ਲਾਰੈਂਸ ਬਿਸ਼ਨੋਈ ਹੈ, ਚਾਹੇ ਜੱਗੂ ਭਗਵਾਨਪੁਰੀ ਹੈ, ਚਾਹੇ ਹੋਰ ਨੇ, ਜਿਹੜੇ ਜੇਲ੍ਹ 'ਚ ਬੈਠੇ, ਮੇਰਾ ਪਹਿਲਾ ਸਵਾਲ ਕਿ ਜੇਲ੍ਹ 'ਚ ਬੈਠੇ ਇਹਨਾਂ ਗੈਂਗਸਟਰਾਂ ਦਾ ਬਰਥਡੇ ਕਿਵੇਂ ਮਨਾਇਆ ਜਾ ਰਿਹਾ? ਰੋਜ਼ ਉੱਥੇ ਮੋਬਾਈਲ ਫੋਨ, ਜਿਵੇਂ ਟੀਨੂ ਜੀ ਨੇ ਕਿਹਾ, ਸਮਾਰਟਫੋਨ ਬਾਹਰ ਤਾਂ ਮਿਲਦੇ ਨਹੀਂ, ਮਗਰ ਸਮਾਰਟਫੋਨ ਜੇਲ੍ਹਾਂ 'ਚ ਸਪਲਾਈ ਹੋ ਰਹੀ ਹੈ। ਇਹ ਸੁੱਖੀ ਰੰਧਾਵੇ ਨੂੰ ਪੁੱਛ ਲਿਆ ਜਾਵੇ ਕਿ ਖਜ਼ਾਨਾ ਮੰਤਰੀ ਤੋਂ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਨਹੀਂ ਜਾਂਦੇ, ਜੇਲ੍ਹ ਮੰਤਰੀ ਕਿਵੇਂ ਦੇ ਰਿਹਾ? ਉਹੀ ਸਕੀਮ ਲਾਗੂ ਕਰ ਦਿਓ ਔਰ ਸਮਾਰਟਫੋਨਾਂ ਰਾਹੀਂ ਆਪਦੀ ਟੈਕਨੋਲੋਜੀ ਦੀ ਵੱਡੀ ਵਰਤੋਂ ਕਰਕੇ ਰੋਜ਼, ਚਾਹੇ ਉਹ ਕਬੱਡੀ ਦੇ ਖਿਡਾਰੀ ਹੈ, ਚਾਹੇ ਉਹ ਆਪੋਜੀਸ਼ਨ ਦੇ MLAs ਨੇ, ਚਾਹੇ ਉਹ ਕੋਈ ਪੰਜਾਬ ਦਾ ਸਧਾਰਨ ਨਾਗਰਿਕ ਹੈ, ਉਹ ਤੋਂ ਰੱਜ ਕੇ ਫਰੌਤੀ ਲਈ ਜਾ ਰਹੀ ਹੈ। ਔਰ ਅੱਜ ਸਭ ਤੋਂ ਵੱਡਾ ਬੋਲਬਾਲਾ ਸ਼ਰਾਬ ਮਾਫੀਏ 'ਚ ਜਾਂ ਇਹ ਕਾਂਗਰਸੀ ਲੀਡਰ ਦਾ ਅਤੇ ਜਾਂ ਇਹ ਗੈਂਗਸਟਰਾਂ ਦਾ ਬਣ ਗਿਆ। ਦੇ ਆਰ ਟੇਕਿੰਗ ਓਵਰ ਔਰ ਤਦੇ ਇਹੀ ਕਾਰਨ ਹੈ ਕਿ ਪੰਜਾਬ ਦੀ ਆਮਦਨ ਆਪਣੇ ਜਿਹੜੇ ਹੀਲੇ ਵਚੀਲੇ ਉਹਦੇ 'ਚ ਡਿੱਗ ਰਹੀ ਹੈ। ਔਰ ਦੁੱਖ ਦੀ ਗੱਲ ਇਹ ਹੈ ਕਿ ਤੁਸੀਂ ਵੇਖੋ, ਆ 1/11/4/2019 ਦਾ ਪਰਚਾ ਦਰਜ ਹੈ ਕਿਹਦੇ ਖਿਲਾਫ? ਹਰਜੀਤ ਕੌਰ ਦੇ ਖਿਲਾਫ। ਕੀ? ਇੱਕ ਮਰਡਰ ਕੇਸ ਦਾ, ਕਿਉਂਕਿ ਉਹਨਾਂ ਦੇ ਇਲਜ਼ਾਮ ਲੱਗਦਾ ਕਿ ਉਹਨਾਂ ਨੇ ਆਪਦੀ ਨੌਂ ਦਾ ਮਰਡਰ ਕਰਾਇਆ। ਅੱਜ ਤੱਕ ਉਹ 'ਚ ਇਨਸਾਫ਼ ਨਹੀਂ ਮਿਲ ਰਿਹਾ। ਜਿਹੜਾ SSP ਬਟਾਲਾ ਹੈ, ਉਪਿੰਦਰਜੀਤ ਘੁੰਮਣ, ਉਹਨੂੰ ਸਾਰੀ ਗੱਲ ਦਾ ਪਤਾ ਹੈ, ਮਗਰ ਉਹਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਰਹੀ? ਇਸ FIR ਨੂੰ ਪੜ੍ਹੋ, ਇਹਦੇ 'ਚ ਮੰਨਿਆ ਜਾਂਦਾ ਹੈ ਕਿ ਹਾਂ, ਇਹ ਸ਼ੱਕੀ ਹਾਲਾਤ 'ਚ ਰਾਤ ਨੂੰ ਕੋਈ ਸੰਸਕਾਰ ਹੁੰਦਾ, ਰਾਤ ਨੂੰ ਸੰਸਕਾਰ ਹੋਇਆ, ਪੁਲਿਸ ਉੱਥੇ ਪਹੁੰਚੀ ਹੈ, ਮਗਰ ਪੁਲਿਸ ਨੂੰ ਕਾਰਵਾਈ ਨਹੀਂ ਕੀਤੀ ਜਾ ਰਹੀ, ਕਿਉਂਕਿ ਉਹਦੇ 'ਚ ਸਿੱਧੀ ਅਰੈਸਟ ਜੇ ਬਣਦੀ ਆ ਤਾਂ ਹਰਜੀਤ ਕੌਰ ਦੀ ਬਣਦੀ ਆ, ਜਿਹੜੀ ਜੱਗੂ ਦੀ ਮਾਤਾ ਹੈ, ਔਰ ਉਸ ਜੱਗੂ ਦੀ ਮਾਤਾ ਦੀ ਮਦਦ 'ਤੇ ਇਹ ਹਲਕਾ ਕਿਹੜਾ? ਕੋਟਲੀ ਸੂਰਤਮਲੀਆ ਥਾਣਾ, ਜਿਹੜਾ ਫਿਰ ਸੁੱਖੀ ਰੰਧਾਵੇ ਦੇ ਹਲਕੇ ਨਾਲ ਸੰਬੰਧਿਤ ਹੈ। ਅੱਜ ਸਾਲ ਬੀਤ ਗਿਆ, ਉਹਦੀ ਅਰੈਸਟ ਨਹੀਂ ਹੋਣ ਦੇ ਰਹੇ। ਜਦ ਇਸ ਤਰ੍ਹਾਂ ਕੇਕ ਕਟਾਏ ਜਾਣ, ਉਹਨਾਂ ਦੇ ਪਰਿਵਾਰਾਂ ਦੀ, ਗੈਂਗਸਟਰਾਂ ਦੀ ਮਦਦ ਕੀਤੀ ਜਾਵੇ ਤਾਂ ਫਿਰ ਪੰਜਾਬ ਦਾ ਲਾਅ ਐਂਡ ਆਰਡਰ ਕਦੇ ਸੁਧਰ ਨਹੀਂ ਸਕਦਾ। ਔਰ ਮੈਂ ਹੈਰਾਨ ਹੁੰਦਾ ਕਿ ਜੇਲ੍ਹ ਸੁਪਰਿਟੈਂਡੈਂਟ ਲਾਉਂਦਾ ਕੌਣ? ਔਰ ਕੱਲ੍ਹ ਵੀ ਖਬਰ ਲੱਗੀ, ਤੁਹਾਡੇ ਇੱਕ ਚੈਨਲ News 18 ਚਲਾ ਰਿਹਾ ਸੀ ਕਿ ਜੇਲ੍ਹ ਸੁਪਰਿਟੈਂਡੈਂਟ ਦਾ ਜਿਹੜਾ ਗਨਮੈਨ ਹੈ ਉਹ 1 ਲੱਖ ਰੁਪਇਆ ਮੰਗ ਰਿਹਾ ਸੀ ਕਿ ਜਿਹੜੀ ਮਰਜ਼ੀ ਫੈਸਿਲਿਟੀ ਅੰਦਰ ਦੇ ਦੇਣ। ਰੋਜ਼ ਚਾਹੇ ਉਹ ਡਰੱਗਸ ਦੀ ਗੱਲ ਹੈ, ਚਾਹੇ ਉਹ ਫਰੌਤੀ ਦੀ ਗੱਲ ਹੈ, ਚਾਹੇ ਉਹ ਕੰਟਰੈਕਟ ਕਿਲਿੰਗ ਦੀ ਗੱਲ ਹੈ। ਔਰ ਪੰਜਾਬ ਦੀ ਆਪਣੀ ਰਿਪੋਰਟ, ਇੱਕ ਮੈਂ ਪਰਦਾਫਾਸ਼ ਕੀਤਾ ਸੀ ਹੁਸ਼ਿਆਰਪੁਰ ਤੋਂ, ਆ ਬੈਂਸ ਕਰਕੇ ਗੁਰਵਿੰਦਰ ਬੈਂਸ, ਜਿਹੜਾ ਕਬੱਡੀ ਦਾ ਇੱਕ ਵੱਡਾ ਕੱਪ ਕਰਾਉਂਦੇ, ਉਹਨਾਂ ਨੇ ਸ਼ਿਕਾਇਤ ਹੁਸ਼ਿਆਰਪੁਰ ਦਰਜ ਕਰਾਈ ਸੀ ਕਿ ਮੇਰੇ ਘਰ ਫਾਇਰਿੰਗ ਕੀਤੀ। ਉਸ ਫਾਇਰਿੰਗ 'ਚ ਉਹਨੇ ਨੌਂ ਕਿਦਾ ਲਿਆ? ਜਿਹੜਾ ਇਹਨਾਂ ਦਾ ਬਲਾਕ ਸੰਮਤੀ ਮੈਂਬਰ ਹੈ, ਆਹ ਬੱਬੂ ਜੀ ਦੇ ਦੋ ਭਤੀਜੇ, ਆ ਬੱਬੂ ਜੀ ਦੇ ਦੋ ਭਤੀਜੇ, ਆ ਕਮਲ ਅਤੇ ਮਨਜੋਤ, ਇਹ ਬਲਾਕ ਸੰਮਤੀ ਮੈਂਬਰ ਹੈ ਇਹਦਾ, ਹਲਕੇ ਦਾ, ਕਾਂਗਰਸ ਦਾ, ਸੁੱਖੀ ਰੰਧਾਵੇ ਦਾ। ਔਰ ਇਹਦੇ ਦੋਵੇਂ ਭਤੀਜੇ ਕਮਲ ਅਤੇ ਮਨਜੋਤ ਨੇ ਜੱਗੂ ਭਗਵਾਨਪੁਰੀਆ ਅਤੇ ਮਨੂ ਭਗਵਾਨਪੁਰੀਏ ਦੀ ਮਦਦ ਨਾਲ ਉੱਥੇ ਫਾਇਰਿੰਗ ਕਰਾਈ। ਉਹ ਜਦ ਰੌਲਾ ਪਿਆ, ਉਸ ਤੋਂ ਬਾਅਦ ਪੁਲਿਸ ਨੇ ਤਹਿਕੀਕਾਤ ਕੀਤੀ ਅਤੇ ਇਹਨਾਂ ਨੂੰ ਨਾਮਜ਼ਦ ਕਰਤਾ ਗਿਆ। ਜਦ ਇਹ ਨਾਮਜ਼ਦ ਹੋ ਗਏ ਤਾਂ ਇਹਨਾਂ 'ਤੇ ਕਿਉਂ ਨਹੀਂ ਇਨਕੁਆਇਰੀ ਹੋ ਰਹੀ? ਉਹ ਇਨਕੁਆਇਰੀ ਕੌਣ ਰੋਕ ਰਿਹਾ? ਔਰ ਜੱਗੂ ਅਤੇ ਇਹ ਕਮਲ ਅਤੇ ਮਨਜੋਤ ਨਾਲ ਇੱਕ ਫੋਟੋ ਨਹੀਂ, ਆ ਬੱਬੂ ਨਾਲ ਇੱਕ ਫੋਟੋ ਨਹੀਂ, ਤੁਸੀਂ ਆਪਦੇ ਪੁਰਾਣਾ ਰਿਕਾਰਡ ਫਰੋਲ ਲਿਓ, 100 ਫੋਟੋਆਂ ਸੁੱਖੀ ਰੰਧਾਵੇ ਨਾਲ ਉਹਨਾਂ ਨਾਲ ਜਨਤਕ ਹੋਈਆਂ ਨੇ। ਆਹ ਇੱਕ ਇਹਦੇ 'ਚ ਅਗਲਾ ਖਿਡਾਰੀ ਹੈ ਮਨਿੰਦਰ ਖਹਿਰਾ, ਇਹਦੇ 'ਚ ਪਤਾ ਨਹੀਂ ਕਿੰਨੇ ਪਰਚੇ ਦਰਜ ਹੈ। ਜੱਗੂ ਦਾ ਯਾਰ
ਘੱਟੋ ਘੱਟ 20 ਫੋਟੋਆਂ ਤੋਂ ਬਾਅਦ ਅਸੀਂ ਜਾਰੀ ਕਰ ਦਿਆਂਗੇ ਸੁੱਖੀ ਰੰਧਾਵੇ ਦੇ ਨਾਲ। ਅਗਲਾ ਖਟਾਰੀ ਇਹਦੇ 'ਚ ਹੈ ਅਮਨੂ ਭਗਵਾਨਪੁਰੀਆ, ਇਹਦੇ ਖਿਲਾਫ ਪੁਲਿਸ ਨੇ ਇਹਦਾ ਰੈੱਡ ਕਾਰਨਰ ਨੋਟਿਸ ਕਿਉਂ ਨਹੀਂ ਕੱਢ ਰਹੇ? ਇਸ ਲਈ ਨਹੀਂ ਕੱਢ ਰਹੇ ਕਿਉਂਕਿ ਇਹ ਮੰਤਰੀ ਸਾਹਿਬ ਕਾਰਵਾਈ ਨਹੀਂ ਹੋਣ ਦੇ ਰਹੇ, ਜਿਵੇਂ ਜੱਗੂ ਦੀ ਮਾਤਾ ਦੇ ਖਿਲਾਫ ਨਹੀਂ ਹੋਣ ਦੇ ਰਹੇ ਮਰਡਰ ਦਾ, ਉਸੇ ਤਰ੍ਹਾਂ ਮਨੂ ਭਗਵਾਨਪੁਰੀਏ 'ਤੇ ਵੀ ਇਹ ਕਾਰਵਾਈ ਨਹੀਂ ਹੋਣ ਦੇ ਰਹੇ। ਆਹ ਹਰਜੀਤ ਕੌਰ ਦੀ ਫੋਟੋ ਹੈ, ਉਹਨਾਂ ਦਾ ਸਨਮਾਨ ਹੁੰਦੇ ਆ, ਇਹਨੂੰ ਗ੍ਰਾਂਟਾਂ ਜਾਂਦੀਆਂ ਨੇ, ਇਹ ਸਾਰੀ ਫੋਟੋ। ਇਹ ਜੱਗੂ ਫਿਰ ਵੇਖੋ, ਉਹ ਮੰਨਾ ਗੈਂਗਸਟਰ ਮਾਰਿਆ ਗਿਆ, ਕੈਬਨਿਟ 'ਚ ਇਹਦਾ ਮੁੱਦਾ ਚੁੱਕਿਆ ਔਰ ਪੁਲਿਸ ਨੇ ਪਰਦਾ ਫਾਸ਼ ਕੀਤਾ ਕਿ ਮਾਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਜੇਲ੍ਹ 'ਚੋਂ ਉਹਨੇ ਸਾਰੇ ਕੰਮ ਨੂੰ ਅੰਜਾਮ ਦਿੱਤਾ। ਮਗਰ ਸੁੱਖੀ ਰੰਧਾਵਾ ਨੇ ਮੈਨੂੰ ਇਹ ਜਿਹੜਾ ਮਲੋਟ ਵਾਲਾ ਮੰਨਾ ਗੈਂਗਸਟਰ, ਇਹਦਾ ਫਿਕਰ ਤਾਂ ਜ਼ਾਹਿਰ ਕੀਤਾ, ਮਗਰ ਗੈਂਗਸਟਰਾਂ ਦਾ ਜਿਹੜਾ ਨੈਕਸਿਸ ਵੱਧ ਰਿਹਾ, ਮੰਨੇ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ, ਮਗਰ ਲੋਕਾਂ ਦੇ ਉੱਤੇ ਜਿਵੇਂ ਫਰੌਤੀ ਲਈ ਜਾ ਰਹੀ ਆ, ਜਾਂ ਜੋ ਗੈਂਗਸਟਰਾਂ ਦੀ ਪੁਸ਼ਪ ਨਹੀਂ, ਜੋ ਸੇਫ ਹੇਵਨ, ਜੋ ਅੱਡਾ ਬਣ ਗਿਆ ਜੇਲ੍ਹਾਂ, ਉਹਦੇ ਸੁਧਾਰ ਵਾਸਤੇ ਅੱਜ ਤੱਕ ਇਹਨਾਂ ਨੇ ਕੋਈ ਠੋਸ ਕਦਮ ਨਹੀਂ ਚੁੱਕੇ। ਇਸ ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।